ਅੱਜ ਤੋਂ 20-22 ਸਾਲ ਪਹਿਲਾਂ ਲਾ ਲੋ ਸਕੂਲ ਟਾਈਮ ਆਪਣੇ ਘਰ ਦੀਆਂ ਦੀਵਾਰਾਂ ਤੇ ਲਿਖੀ ਜਾਣਾ ਕਾਪੀਆਂ ਤੇ ਲਿਖੀ ਜਾਣਾ ਕਾਪੀਆਂ ਤੇ ਕਦੀ ਕੁਛ ਬਣਾ ਲਿਆ ਕਦੀ ਕੁਛ ਬਣਾ ਲਿਆ ਆਪਾਂ ਕਿਸੇ ਤੋਂ ਨਹੀਂ ਮੈਂ ਆਪਣੇ ਤੋਂ ਖੁਦ ਤੋਂ ਲੈ ਕੇ ਚੱਲਦਾ ਵਾਂ ਕਿ ਕਿਤਾਬਾਂ ਪੜਨ ਦਾ ਸ਼ੌਂਕ ਕਿਸੇ ਕਿਸੇ ਨੂੰ ਹੁੰਦਾ ਤੇ ਜੋ ਕੋਈ ਕਿਤਾਬ ਪੜਦਾ ਵੀ ਆ ਉਹ ਸ਼ਾਇਦ ਮੁਸ਼ਕਲ ਜਾਂ ਕੋਈ ਸਿੱਖ ਇਤਿਹਾਸ ਦੀ ਕਿਤਾਬ ਪੜਦਾ ਹੋਵੇ ਜਿਆਦਾ ਬਣਾਇਆ ਸੀ ਉੱਥੇ ਜਾਣਾ ਦੇਖਣਾ ਤਸਵੀਰਾਂ ਬਣੀਆਂ ਮੈਨੂੰ ਉਹਨਾਂ ਨਾਲ ਵੇਖ ਕੇ ਸ਼ੌਂਕ ਪਿਆ ਤੇ ਮੈਨੂੰ ਇਹ ਸੀ ਵੀ ਲੋਕ ਉਹੀ ਪੇਂਟਿੰਗਸ बार-बार ਮੈਂ ਜਿੱਥੇ ਜਾਣਾ ਕਿਸੇ ਨਾ ਕਿਸੇ ਤਰ੍ਹਾਂ ਬਣਾਈ ਹੁੰਦੀ ਕਿਸੇ ਨਾ ਦੂਸਰੀ ਤਰ੍ਹਾਂ ਇਤਿਹਾਸ ਉਹੀ ਹੁੰਦਾ ਸੀ ਇੱਕ ਪੋਰਟਰੇਟ ਬਣਾਉਣ ਵਾਲੇ ਬਹੁਤ ਆਰਟਿਸਟ ਨੇ ਬਹੁਤ ਵਧੀਆ-ਵਧੀਆ ਕਲਾਕਾਰ ਨੇ ਚਿੱਤਰਕਾਰ ਨੇ ਬਹੁਤ ਵਧੀਆ ਕੰਮ ਕਰਦੇ ਨੇ ਬਟ ਮੇਰੇ ਮਾਈਂਡ 'ਚ ਇੱਕ ਵੱਖਰੀ ਚੀਜ਼ ਇਹ ਆਈ ਵੀ ਮਾਰੇ ਨੇ ਦਿੱਤੀ ਮੈਨੂੰ ਬਖਸ਼ਿਸ਼ ਕੀਤੀ ਵੀ ਤੂੰ ਇਮੇਜਿਨੇਸ਼ਨ ਕਰ ਸਿੱਖ ਇਤਿਹਾਸ ਨੂੰ ਪ੍ਰਮੋਟ ਕਰਨ ਦੀ ਬਚਪਨ ਚ ਸੋਚਦਾ ਹੁੰਦਾ ਸੀ ਜਦੋਂ ਮੈਂ ਦਰਬਾਰ ਸਾਹਿਬ ਜਾਇਬ ਕਰ ਜਾਂਦਾ ਸੀ ਕਿ ਸ਼ਾਇਦ ਇੱਥੇ ਮੇਰੀ ਵੀ ਇੱਕ ਦਿਨ ਤਸਵੀਰ ਲੱਗੇ ਜਦੋਂ ਮੈਂ ਕੰਮ ਸ਼ੁਰੂ ਕੀਤਾ ਤੇ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮੇਂ ਆਪਣੇ ਚਰਨਾਂ 'ਚ ਜਗ੍ਹਾ ਦਿੱਤੀ ਆ ਤੇ ਬਹੁਤ ਹੀ ਉਹਨਾਂ ਦਾ ਧੰਨਵਾਦ ਉਹਨਾਂ ਦੀ ਕਲਾ ਵਾ ਕਲਾ ਵਾਹੀ ਗੁਰੂ ਦੀ ਮੇਰੀ ਕਲਾ ਨਹੀਂ ਹੈਗੀ ਤੇ ਜਦੋਂ ਵੀ ਦਾਸ ਦੇ ਹੱਥ 'ਚ ਮਹਾਰਾਜ ਕਲਮ ਫੜਾਉਂਦੇ ਆ ਚਾਹੇ ਮੈਂ ਸਿੱਖ ਇਤਿਹਾਸ ਦੀ ਕੋਈ ਤਸਵੀਰ ਬਣਾਣੀ ਹੋਵੇ ਚਾਹੇ ਕਿਸੇ ਦੀ ਪੋਰਟਰੇਟ ਬਣਾਉਣਾ ਹੋਵੇ ਚਾਹੇ ਕਿਸੇ ਦੀ ਕੋਈ ਇਮੇਜਿਨੇਸ਼ਨ ਕਰਨੀ ਹੋਵੇ ਮੇਰੇ ਅੰਦਰੋਂ ਆਪਣੇ ਆਪ ਗੁਰਬਾਣੀ ਦਾ ਸਿਮਰਨ ਚੱਲਣਾ ਸ਼ੁਰੂ ਹੋ ਜਾਂਦਾ ਜਦੋਂ ਮੇਰੇ ਅੰਦਰੋਂ ਗੁਰਬਾਣੀ ਦਾ ਸਿਮਰਨ ਟੁੱਟ ਜਾਂਦਾ ਜਾਂ ਮੇਰੇ ਲਾਗੇ ਬਾਣੀ ਚੱਲਣੀ ਬੰਦ ਹੋ ਜਾਂਦੀ ਆਟੋਮੈਟਿਕਲੀ ਮੇਰੇ ਹੱਥੋਂ ਕਲਮ ਛੁੱਟ ਜਾਂਦੀ ਹੈ ਅਭੀ ਲੋਕ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਚਿੱਤਰਕਾਰ ਤੁਸੀਂ ਕਾਫੀ ਦੇਖੀ ਹੋਣਗੇ ਜਿਹੜੇ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਇੰਡੀਅਨ ਚਿੱਤਰਕਾਲਾ ਬਣਾਉਂਦੇ ਨੇ, ਪੇਂਟੀਆਂ ਬਣਾਉਂਦੇ ਨੇ ਚਾਹੇ ਕਿਸੇ ਉਹ ਕਲਾਕਾਰ ਦੀ ਹੋਵੇ ਚਾਹੇ ਬੱਚੇ ਦੀ ਹੋਵੇ। ਪਰ ਅੱਜ ਤਾਂ ਅਸੀਂ ਇੱਕ ਚਿੱਤਰਕਾਰ ਨਾਲ ਮਿਲਣ ਜਾ ਰਹੇ ਹਾਂ ਜਿਹੜੇ ਕਿ ਆਪਣੀ ਸਿੱਖੀ ਨੂੰ ਪ੍ਰੋਮੋਟ ਕਰ ਰਹੇ ਨੇ। ਆ ਦੇਖੋ ਖੁਦ ਵੀ ਜਿਹੜੇ ਨੇ ਪੂਰੇ ਸਿੱਖ ਨੇ, ਪੂਰੇ ਇੱਕ ਗੁਰਬਲੇ ਨੇ ਤੇ ਆਉ ਗੱਲਬਾਤ ਕਰਦੇ ਸਾਡੇ ਨਾਲ ਗੁਰシャン ਸਿੰਘ ਜਿਹੜੇ ਨੇ ਚਿੱਤਰਕਾਰ ਸਾਡੇ ਨਾਲ ਜੀ। ਸਭ ਤੋਂ ਪਹਿਲਾਂ ਗੁਰシャン ਸਿੰਘ ਜੀ ਤੁਹਾਡਾ ਪੰਜਾਬੀ ਲੋਕ ਚੈਲੰਜ ਬਹੁਤ- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਦਾਸ ਗੁਰਸ਼ਰਨ ਸਿੰਘ ਚਿੱਤਰਕਾਰ ਜੀ ਮੈਨੂੰ ਜੀ ਆਪ ਜੀ ਨੇ ਬਹੁਤ ਸਨਮਾਨ ਦਿੱਤਾ ਆਪ ਜੀ ਨੇ ਆਪਣੇ ਚੈਨਲ ਦੇ ਰਾਹੀਂ ਮੈਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪ ਜੀ ਜੋ ਵੀ ਮੈਨੂੰ ਸਵਾਲ ਕਰੋਗੇ ਮੈਂ ਤੁਹਾਨੂੰ ਉਹਦਾ ਬਹੁਤ ਹੀ ਨਿਮਰਤਾ ਸਹਿਤ ਉਹਦਾ ਜਵਾਬ ਦੇਵਾਂਗਾ ਆਪ ਜੀ ਮੈਨੂੰ ਕੋਈ ਵੀ ਸਵਾਲ ਕਰ ਸਕਦੇ ਜੇ ਚਿੱਤਰਕਲਾ ਨੂੰ ਲੈ ਕੇ ਗੁਰਸ਼ਰਨ ਸਿੰਘ ਜੀ ਅਸੀਂ ਦੇਖਿਆ ਤੁਸੀਂ ਬਹੁਤ ਗੁਰੂ ਸਾਹਿਬਾਂ ਦੀਆਂ ਪੇਂਟਿੰਗਾਂ ਬਣਾਈਆਂ ਬੜੀ ਬਹੁਤ ਵਧੀਆ ਕਲਾਕ੍ਰਿਤੀ ਕੈਸਾ ਦੇ ਆ ਬਣਾਈਆਂ ਤੇ ਇਹ ਦੱਸੋ ਵੀ ਕਦੋਂ ਦਾ ਸ਼ੌਂਕ ਆ ਤੇ ਤੁਹਾਡੀਆਂ ਜਿਹੜੀਆਂ ਪੇਂਟਿੰਗਾਂ ਵਾਂ ਕਿੱਥੇ ਕਿੱਥੇ ਜਿਹੜੀਆਂ ਸ਼शोਭਿਤ ਹੈਗੀਆਂ ਵਾਂ ਸਭ ਤੋਂ ਪਹਿਲਾਂ ਜੀ ਇਹ ਤੇ ਸ਼ੌਂਕ ਮੈਨੂੰ ਬਚਪਨ ਤੋਂ ਸੀ ਮੈਂ ਅੱਜ ਤੋਂ 20-22 ਸਾਲ ਪਹਿਲਾਂ ਲਾ ਲੋ ਸਕੂਲ ਟਾਈਮ ਆਪਣੇ ਘਰ ਦੀਆਂ ਦੀਵਾਰਾਂ ਤੇ ਲਿਖੀ ਜਾਣਾ ਕਾਪੀਆਂ ਤੇ ਲਿਖੀ ਜਾਣਾ ਕਾਪੀਆਂ ਦੇ ਕਦੀ ਕੁਝ ਬਣਾ ਲਿਆ ਕਦੀ ਕੁਝ ਬਣਾ ਲਿਆ ਕਰਦਿਆਂ ਨੇ ਪਹਿਲਾਂ ਤੇ ਗੁੱਸੇ ਹੁਣਾ ਬਹੁਤ ਜ਼ਿਆਦਾ ਵੀ ਇਹ ਤੁਸੀਂ ਕੀ ਕਰ ਰਹੇ ਜੀ ਚੀਜ਼ਾਂ ਖਰਾਬ ਕਰ ਰਹੇ ਜੀ ਸਾਰੀਆਂ ਕੰਦਾ ਖਰਾਬ ਕਰ ਰਹੇ ਜੀ ਬਟ ਅੱਜ ਉਹਨਾਂ ਨੂੰ ਮੇਰੇ ਤੇ ਮਾਨਿਆ ਕਿ ਮੇਰਾ ਚિત੍ਰਕਾਰ ਦੇ ਵਿੱਚ ਇੱਕ ਨਾਮ ਬਣਿਆ ਆ ਤੇ ਇਸ ਵੇਲੇ ਮੈਂ ਮੌਜੂਦਾ ਆਰਟਿਸਟਾਂ ਜਾਇਬਕਰ ਕੇਂਦਰੀ ਸਿੱਖ ਜਾਇਬਕਰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤੇ ਮੈਨੂੰ ਅੱਜ ਪ੍ਰੋਫੈਸ਼ਨਲ ਵਰਕ ਕਰਦਿਆਂ ਨੂੰ तकरीबन 13 ਸਾਲ ਹੋ ਚੁਕੇ ਨੇ ਤੇ ਮੇਰਾ ਮੇਨ ਮੋਟਿਵੇਸ਼ਨ ਵੀ ਸੀ ਕਿ ਮੈਂ ਸਿੱਖ ਇਤਿਹਾਸ ਨੂੰ ਪ੍ਰਮੋਟ ਕਰਾਂ ਜੋ ਆਪਣਾ ਸਿੱਖ ਇਤਿਹਾਸ ਅੱਜ ਤੱਕ ਹੈਗਾ ਵਾ ਉਹਦੀ ਤਸਵੀਰ ਨਹੀਂ ਬਣੀ ਉਹਨੂੰ ਆਫਟਰ ਰੀਡ ਦਾ ਹਿਸਟਰੀ ਦੇਨ ਇਮੇਜਿਨੇਸ਼ਨ ਉਹਨੂੰ ਇਮੇਜਿਨੇਸ਼ਨ ਕਰਕੇ ਆਪਣੀ ਕਲਪਨਾ ਦੇ ਨਾਲ ਸੰਗਤ ਦੇ ਸਾਹਮਣੇ ਲਿਆਵਾਂ ਤਾਂ ਜੋ ਲੋਕਾਂ ਨੂੰ ਇਤਿਹਾਸ ਸਿੱਖ ਇਤਿਹਾਸ ਪਤਾ ਲੱਗ ਜਾਵੇ ਭਾਈ ਆਰਟਿਸਟਸ ਬਹੁਤ ਜ਼ਿਆਦਾ ਵਖੇ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਆਰਟਿਸਟਸ ਪਰ ਤੁਹਾਡੇ ਕਿਸ ਤਰ੍ਹਾਂ ਤੁਹਾਡੇ ਜੁਬਾਨ ਤੇ ਤੁਹਾਡੇ ਦਿਮਾਗ ਕਿਸ ਤਰ੍ਹਾਂ ਆਇਆ ਵੀ ਤੁਸੀਂ ਇੱਕ ਗੁਰੂ ਸਭਾ ਦੀਆਂ ਜੜੀਆਂ ਵਾ ਸਰੂਪ ਬਣਾਉਣੇ ਐ ਸੋਬਿਤ ਕਰਨੇ ਐ ਕਿਸ ਤਰ੍ਹਾਂ ਡਾਡੇ ਮਨ ਮਨ ਤੇ ਜਿਹੜਾ ਵਿਚਾਰ ਆਇਆ ਮਨ 'ਚ ਇਹ ਆਇਆ ਜੀ ਆਪਾਂ ਕਿਸੇ ਤੋਂ ਨਹੀਂ ਮੈਂ ਆਪਣੇ ਤੋਂ ਖੁਦ ਤੋਂ ਲੈ ਕੇ ਚੱਲਦਾ ਵਾਂ ਕਿ ਕਿਤਾਬਾਂ ਪੜਨ ਦਾ ਸ਼ੌਂਕ ਕਿਸੇ ਕਿਸੇ ਨੂੰ ਹੁੰਦਾ ਤੇ ਜੋ ਕੋਈ ਕਿਤਾਬ ਪੜਦਾ ਵੀ ਆ ਉਹ ਸ਼ਾਇਦ ਮੁਸ਼ਕਲ ਜਾਂ ਕੋਈ ਸਿੱਖ ਹਿਸਟਰੀ ਦੀ ਕਿਤਾਬ ਪੜਦਾ ਹੋਵੇ ਤੇ ਮੈਨੂੰ ਪਤਾ ਸੀ ਕਿਉਂਕਿ ਮੈਂ ਜਦੋਂ ਛੋਟਾ ਹੁੰਦਾ ਸੀ ਮੈਂ ਅਜਾਇਬ ਘਰ ਦੇ ਵਿੱਚ ਜਾਂਦਾ ਹੁੰਦਾ ਸੀ ਤੇ ਜਾਂ ਤਰਨ ਤਨ ਅਜਾਇਬ ਘਰ ਬਣਿਆ ਸੀ ਉੱਥੇ ਜਾਣਾ ਦੇਖਣਾ ਤਸਵੀਰਾਂ ਬਣੀਆਂ ਮੈਨੂੰ ਉਹਨਾਂ ਨਾਲ ਵੇਖ ਕੇ ਸ਼ੌਂਕ ਪਿਆ ਤੇ ਮੈਨੂੰ ਇਹ ਸੀ ਵੀ ਲੋਕ ਉਹੀ ਪੇਂਟਿੰਗਸ ਬਾਰ-ਬਾਰ ਮੈਂ ਜਿੱਥੇ ਜਾਂਦਾ ਕਿਸੇ ਨਾ ਕਿਸੇ ਤਰ੍ਹਾਂ ਬਣਾਈ ਹੁੰਦੀ ਕਿਸੇ ਨਾ ਦੂਸਰੀ ਤਰ੍ਹਾਂ ਇਤਿਹਾਸ ਉਹੀ ਹੁੰਦਾ ਸੀ ਤੇ ਮੇਰੇ ਮਾਈਂਡ ਚ ਮਾਰੇ ਨੇ ਇਹ ਚੀਜ਼ ਗੱਲ ਪਾਤੀ ਦਿਮਾਗ ਚ ਵੀ ਨਹੀਂ ਆਪਾਂ ਕੁਝ ਨਵਾਂ ਕਰੀਏ ਸਿੱਖੀ ਨੂੰ ਪ੍ਰਮੋਟ ਕਰਨ ਵਾਸਤੇ ਕਿਉਂਕਿ ਅੱਜ ਕੱਲ ਕੋਈ ਕਿਤਾਬ ਤੇ ਪੜ ਕੇ ਰਾਜੀ ਨਹੀਂ ਹੈਗਾ ਆਪਣੇ ਬੱਚੇ ਜਾਂ ਆਪਾਂ ਲਾ ਲੋ ਤੇ ਜਿੰਨੀ ਦੇਰ ਆਪਾਂ ਨੂੰ ਸਿੱਖ ਇਤਿਹਾਸ ਦੇ ਜਰਨੈਲਾਂ ਦਾ ਪਤਾ ਨਹੀਂ ਹੋਊਗਾ ਉਹਨਾਂ ਕਿਹੜੀ-ਕਿਹੜੀ ਜੰਗ ਲੜੀ ਕਿਸ ਤਰ੍ਹਾਂ ਉਹਨਾਂ ਦਾ ਇਤਿਹਾਸ ਰਚਿਆ ਉਹ ਜਿਹਨੇ ਤੇ ਆਪਾਂ ਨੂੰ ਕਲਪਨਾ ਕਰਕੇ ਇਤਿਹਾਸ ਪੜ੍ਹਨ ਤੋਂ ਬਾਅਦ ਉਹਨੂੰ ਦਰਸਾਵਾਂਗੇ ਨੇ ਆਪਣੀ ਕਲਾ ਦੇ ਨਾਲ ਤੇ ਉਹਨੇ ਜਰ ਕਿਸੇ ਨੂੰ ਪਤਾ ਨਹੀਂ ਲੱਗਣਾ ਤੇ ਇਸੇ ਚੀਜ਼ ਨੂੰ ਲੈ ਕੇ ਮੈਂ ਸਿੱਖੀ ਨੂੰ ਪ੍ਰਮੋਟ ਕਰਨਾ ਚਾਹਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਮੈਂ ਕਾਫੀ ਤਸਵੀਰਾਂ ਨੂੰ ਇਮੇਜਿਨੇਸ਼ਨ ਕਰ ਚੁੱਕਾ ਹਾਂ ਜੋ ਕਿ ਸਿੱਖ ਇਤਿਹਾਸ ਦੇ ਵਿੱਚ ਇਤਿਹਾਸ ਹੈ ਲੇਕਿਨ ਉਹਦੀ ਤਸਵੀਰ ਕਦੀ ਨਹੀਂ ਬਣੀ ਜਿਵੇਂ ਕਿ ਬਾਬਾ ਦੀਪ ਸਿੰਘ ਜੀ ਤੋਂ ਆਪਾਂ ਚੱਲ ਜੀਏ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਜੋ ਕਿ ਬਾਬਾ ਦੀਪ ਸਿੰਘ ਜੀ ਦੀ 1 ਕੋ 2 ਤਸਵੀਰਾਂ ਪ੍ਰਚਲਿਤ ਹਨ ਇੱਕ ਉਹ ਬੈਠੇ ਨੇ ਤੇ ਝੌਂਕੜਾ ਲਗਾ ਕੇ ਤੇ ਦੂਸਰੀ ਤਸਵੀਰ ਉਹਨਾਂ ਸੀਸਥਲੀ ਤੇ ਰੱਖਿਆ ਹੋਇਆ ਤੇ ਹੱਥ 'ਚ ਖੰਡਾ ਫੜਿਆ ਹੋਇਆ ਤੇ ਮੈਂ ਉਹਦੇ ਵਿੱਚ ਥੋੜੀ ਜਿਹੀ ਨਿਮਾਣੀ ਦੀ ਕੋਸ਼ਿਸ਼ ਕੀਤੀ ਆ ਵੀ ਇਤਿਹਾਸ ਪੜ੍ਹੇ ਸੀ ਵੀ ਬਾਬਾ ਦੀਪ ਸਿੰਘ ਜੀ ਸੀਸ ਲੱਥੋਂ ਤੋਂ ਬਾਅਦ ਵੀ ਜੰਗ ਲੜਦੇ ਗਏ ਤੇ ਉਹਨਾਂ ਹਰਿਮੰਦਰ ਸਾਹਿਬ ਨੂੰ ਯਾਦ ਕਰਾਇਆ ਸੀ ਤੇ ਦਾਸ ਪਾਸੋਂ ਬਾਬਾ ਜੀ ਨੇ ਉਹ ਸੇਵਾ ਲਈਤੀ ਆ ਤੇ ਸੀਸ ਲੱਥਨ ਦਬਾਬ ਬਾਬੇ ਨੇ ਸੀਸ ਹੱਥ 'ਚ ਫੜਿਆ ਤੇ ਨਾਲ ਖੰਡਾ ਚਲਾ ਰਹੇ ਨੇ ਤੇ ਜੰਗ ਲੜ ਰਹੇ ਨੇ ਤੇ ਉਹ ਸੀਨ ਕ੍ਰੀਏਟ ਕਰਕੇ ਤੇ ਮੈਂ ਦਿੱਤਾ ਸੀ ਉਹ ਜੋ ਕਿ ਤਰਨਤਾਰਨ ਜਾਇਬ ਘਰ ਦੇ ਵਿੱਚ ਲੱਗਾ ਆ ਤੇ ਉਸ ਤਰ੍ਹਾਂ ਮੈਂ ਕਈ ਤਸਵੀਰਾਂ ਜਿਵੇਂ ਗੁਰਨਾਨਕ ਸਾਹਿਬ ਆਰਤੀ ਚਾਰ ਰਹੇ ਨੇ ਜਗਨਨਾਥਪੁਰੀ ਦੇ ਮੰਦਰ ਦੇ ਬਾਹਰ ਜਾਂ ਮਾਤਾ ਖੀਵੀ ਜੀ ਲੰਗਰ ਦੀ ਸੇਵਾ ਕਰ ਰਹੇ ਨੇ ਜਿਵੇਂ ਹੁਣ ਇੱਕ ਆ ਤਸਵੀਰ ਤੁਹਾਡੇ ਸਾਹਮਣੇ ਪਿੱਛੇ 24 ਤੇ ਆ ਵੀ ਗੁਰਨਾਨਕ ਸਾਹਿਬ ਨੇ ਪਟਨਾ ਸਾਹਿਬ ਦੇ ਵਿੱਚ ਸਾਲਸਰਾਏ ਨਾਂ ਦੇ ਜੋਰੀ ਨੂੰ ਇੱਕ ਸਰੋਪਾ ਦਤਾ ਸੀ ਕਿਉਂਕਿ ਉਹਨੇ ਹੀਰੇ ਦੀ ਪਰਖ ਕੀਤੀ ਸੀ ਲਾਲ ਦੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਅਸੀਂ ਤੇ ਕੋ ਜਸਵੇਂ ਜਾਮੇ ਚਾਨ ਕੇ ਹੀਰਾ ਲਵਾਂਗੇ ਤੇ ਉਹਨੂੰ ਸਰੋਪਾ ਦਤਾ ਸੀ ਉਥੋਂ ਦਾ ਜਥੇਦਾਰ ਮੰਨ ਲੋ ਜਾਂ ਕੋਈ ਵੀ ਸਥਾਪਿਤ ਕੀਤਾ ਸੀ ਵੀ ਤੂੰ ਇੱਥੇ ਬਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ ਵਾ ਤੇ ਇਸ ਤਰ੍ਹਾਂ ਮ ਕੀ ਮਹਾਰਾਜ ਕਿਰਪਾ ਕਰਦੇ ਨੇ ਵੀ ਗੁਰੂ ਬਾਬਾ ਦੀਪ ਸਿੰਘ ਜੀ ਜਿਵੇਂ ਤਸਵੀਰਾਂ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਬਾਬਾ ਨੇ ਬਹੁਤ ਜੰਗਾਂ ਲੜੀਆਂ ਗਫਾਰੂ ਖਾਨ ਜੋ ਸੀ ਸੂਬੇ ਸਰਹੰਦਾ ਸਕਾਸਾਲਾ ਸੀ ਉਹ ਆਪਣੀ ਪੱਕੀ ਗੜੀ ਬਣਾ ਕੇ ਮਾਨਾਂੀਆਂ ਕਰਦਾ ਸੀ ਤੇ ਲੋਕਾਂ ਦੇ ਧੀਆਂ ਦੇ ਡੋਲੇ ਚੁੱਕਦਾ ਸੀ ਤੇ ਇੱਕ ਪੰਡਤ ਦੀ ਧੀ ਦਾ ਦਿਨ ਡੋਲਾ ਚੁੱਕ ਲਿਆ ਤੇ ਬਾਬਾ ਦੀਪ ਸਿੰਘ ਜੀ ਕੋਲ ਜਾ ਕੇ ਉਹਨੇ ਫਰਿਆਦ ਕੀਤੀ ਤੇ ਬਾਬਾ ਦੀਪ ਸਿੰਘ ਜੀ ਨੇ ਗਫਾਰੂ ਖਾਨ ਨੂੰ ਸੋਧ ਕੇ ਪੰਡਤ ਦੀ ਧੀ ਨੂੰ ਛਡਾ ਕੇ ਲਿਆਂਦਾ ਸੀ ਉਹੋ ਜਿਹਾ ਇਤਿਹਾਸ ਜੋ ਅੱਜ ਤੱਕ ਆਪਾਂ ਨੂੰ ਪਤਾ ਵਾ ਪਰ ਸਾਹਮਣੇ ਨਹੀਂ ਆਇਆ ਇਹ ਆਪਾਂ ਬਣਾਵਾਂਗੇ ਮਹਾਰਾਜ ਕਿਰਪਾ ਕਰਨਗੇ ਆਪਣੀ ਕਲਾ ਦੇ ਨਾਲ ਆਪਣੀ ਕਲਮ ਦੇ ਨਾਲ ਉਹਨੂੰ ਕੈਨਵਸ ਉੱਤੇ ਉਤਾਰ ਕੇ ਚਿੱਤਰ ਬਣਾਵਾਂਗੇ ਤੇ ਤਾਂ ਜੋ ਆਪਣੇ ਆਉਣ ਵਾਲੇ ਪੀੜ ਆਪਣੇ ਬੱਚੇ ਦੇਖਣ ਉਹਨੂੰ ਤੇ ਉਹਨਾਂ ਨੂੰ ਸਿਹਤ ਮਿਲੇ ਵੀ ਹਾਂ ਸਿੱਖ ਇਤਿਹਾਸ ਕੀ ਸੀ ਕਿਉਂਕਿ ਇਤਿਹਾਸ ਪੜਨ ਦਾ ਕਿਸੇ ਕੋ ਸਮਾਂ ਨਹੀਂ ਆਜ ਕਾ ਹਾਂ ਬਿਲਕੁਲ ਗੁੱਸਾ ਜਿੰਦੀ ਕਿਉਂ ਜਿਹੜੇ ਸਾਡੀ ਸਿੱਕੀ ਦਾ ਪ੍ਰਚਾਰ ਆ ਕਾਫੀ ਲੋਕ ਜਿਹੜੇ ਆ ਗਏ ਆ ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਖਾਸ ਕਰਕੇ ਜਿਹੜੀ ਸਿੱਕੀ ਨੂੰ ਪ੍ਰਚਾਰ ਨੂੰ ਕਾਫੀ ਭੁੱਲਦੀ ਜਾਂਦੀ ਆ ਠੀਕ ਹੈ ਨਾ ਪਰ ਤੁਸੀਂ ਬੜਾ ਵਧੀਆ ਪ੍ਰਚਾਰ ਕਰਦੇ ਹੋ ਜਿਹੜੇ ਸਿੱਕੀ ਦੀ ਪ੍ਰਚਾਰ ਵਾਸਤੇ ਜਿਹੜੀ ਇਹਨੇ ਪ੍ਰਮੋਟ ਕਰਦੇ ਹੋ ਡੇਗ੍ਰੀ ਗੁਰੂ ਸਾਹਿਬਾਂ ਦੀ ਸਰੂਪ ਬਣਾ ਕੇ ਇਹ ਦੱਸੋ ਤੁਹਾਡੇ ਜਿਹੜੇ ਬਣਾਏ ਉਹ ਸਰੂਪ ਆ ਕਿੱਥੇ ਕਿੱਥੇ ਸ਼ੋਭਿਤ ਆ ਪੰਜਾਬ ਤੋਂ ਲੈ ਕੇ ਇੰਡੀਆ ਤੋਂ ਬਾਹਰ ਵੀ ਕਿਤੇ ਨਾੜੇ ਜਿਹੜੇ ਜਿਹੜੇ ਹੈਗੇ ਆ ਸਰੂਪ ਸ਼ੋਭਿਤ ਜੀ ਹਾਂ ਬਿਲਕੁਲ ਜੀ ਆਪ ਜੀ ਨੇ ਬਹੁਤ ਵਧੀਆ ਸਵਾਲ ਕੀਤਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਟਾਈਮ ਮੇਰੇ ਇੰਡੀਆ ਦੇ ਵਿੱਚ ਕੀ ਹਰ ਮਿਊਜ਼ੀਅਮ ਦੇ ਵਿੱਚ ਤਕਰੀਬਨ ਇਤਿਹਾਸਿਕ ਪੇਂਟੀਆਂ ਜੋ ਮੇਰੀਆਂ ਇਮੇਜਿਨੇਸ਼ਨ ਆ ਉਸ ਸ਼ੋਭਿਤ ਹਨ ਜਿਵੇਂ ਕਿ ਤਰਨਤਨ ਅਜੈਬਕਰ ਆਪਣੇ ਦਰਬਾਰ ਸਾਹਿਬ ਅੰਮ੍ਰਿਤਸਰ ਅਜੈਬਕਰ ਫੋਰਨ ਕੰਟਰੀ ਦੇ ਵਿੱਚ ਅਮਰੀਕਾ ਚ ਕੈਨੇਡਾ ਚ ਸਪੇਨ ਚ ਲਥੁਆਨੀਆ ਚ ਦੁਬਈ ਚ ਮੇਰੀ ਕਾਫੀ ਪੇਂਟਿੰਗਸ ਗਈਆਂ ਹੋਈਆਂ ਹਨ ਬਣ ਕੇ ਜੋ ਮੇਰੀਆਂ ਇਮੇਜਿਨੇਸ਼ਨ ਸਨ ਤੇ ਉਸ ਤੋਂ ਬਾਅਦ ਮੈਂ ਸ਼ੁਕਰਾਨਾ ਕਰਦਾ ਗੁਰੂ RAMDAS ਪਾਤਸ਼ਾਹ ਜੀ ਦਾ ਕਿ ਮੈਂ ਬਚਪਨ ਚ ਸੋਚਦਾ ਹੁੰਦਾ ਸੀ ਜਦੋਂ ਮੈਂ ਦਰਬਾਰ ਸਾਹਿਬ ਜਾਇਬ ਕਰ ਜਾਂਦਾ ਸੀ ਕਿ ਸ਼ਾਇਦ ਇੱਥੇ ਮੇਰੀ ਵੀ ਇੱਕ ਦਿਨ ਤਸਵੀਰ ਲੱਗੇ ਜਦੋਂ ਮੈਂ ਕੰਮ ਸ਼ੁਰੂ ਕੀਤਾ ਤੇ ਅੱਜ ਗੁਰੂ RAMDAS ਪਾਤਸ਼ਾਹ ਜੀ ਨੇ ਮੇਰੇ ਚਰਨਾਂ 'ਚ ਜਗ੍ਹਾ ਦਿੱਤੀ ਆ ਤੇ ਬਹੁਤ ਹੀ ਉਹਨਾਂ ਦਾ ਧੰਨਵਾਦ ਉਹਨਾਂ ਦੀ ਕਲਾ ਵਾ ਕਲਾ ਵਾ ਹੈ ਗੁਰੂ ਦੀ ਮੇਰੀ ਕਲਾ ਨਹੀਂ ਹੈਗੀ ਜੋ ਉਹ ਕਰਦੇ ਨੇ ਉਹ ਹੀ ਮੇਰੇ ਉੱਤੇ ਬਸ ਹੁੰਦਾ ਅਦਰਵਾਈਜ਼ ਮੈਂ ਕੁਝ ਨਹੀਂ ਕਰ ਸਕਦਾ ਜੋ ਕਲਾ ਵਾ ਵਾ ਗੁਰੂ ਦੀ ਆ ਉਹ ਮੇਰੇ ਕੋਲੋਂ ਆਪ ਕਰਾਂਦੇ ਨੇ ਜੋ ਵੀ ਕਰਾ ਰਹੇ ਨੇ ਗੁਰਸਿੱਖ ਜੀ ਬਿਲਕੁਲ ਤੁਸੀਂ ਸਾਬਤ ਸੂਰਤ ਸਿੱਖ ਹੈਗੇ ਜੀ ਸਰਦਾਰ ਜੀ ਕਿਉਂਕਿ ਜਿਹੜੀ ਇਹ ਤੁਹਾਨੂੰ ਜਿਹੜੀ ਗੁਰਤੇ ਮਿਲੀ ਹੈ ਪਰਿਵਾਰ ਚੋਂ ਮਿਲੀ ਹੈ ਤੁਸੀਂ ਦੱਸਿਆ ਆ ਕਿ ਤੁਹਾਡੇ ਪਰਿਵਾਰ ਵਿੱਚ ਵੀ ਤੁਹਾਡੇ ਫਾਦਾ ਸਾਹਿਬ ਵੀ ਪੂਰੇ ਸਿੱਖ ਸੀ ਗੁਰਸਿੱਖ ਸੀ ਤੇ ਤੁਹਾਨੂੰ ਬਚਪਨ ਚ ਜਿਵੇਂ ਗੋਦਾ ਸਾਹਿਬ ਲੈ ਕੇ ਜਾਂਦੇ ਸੀ ਉੱਥੇ ਤੁਸੀਂ ਵੇਖਦੇ ਸੀ ਗੁਰੂ ਸਾਹਿਬ ਦੀਆਂ ਫੋਟੋਆਂ ਲੱਗੀਆਂ ਵੇਖ ਕੇ ਜਿਹੜੇ ਉਹਨਾਂ ਸਰੂਪ ਲੱਗੇ ਵੇਖ ਕੇ ਉੱਥੇ ਵੇਖ ਕੇ ਤੁਹਾਡੇ ਮਨ ਚ ਆਉਂਦਾ ਸੀ ਵੀ ਮੈਂ ਵੀ ਜਿਹੜੇ ਸਰੂਪ ਜਿਹੜੇ ਮੈਂ ਬਣਾਵਾ ਉਸੇ ਨੂੰ ਲੈ ਕੇ ਜਿਹੜਾ ਤੁਸੀਂ ਮੋਟੀਵੇਟ ਹੋਏ ਬਚਪਨ ਤੋਂ ਹੀ ਜੀ ਬਿਲਕੁਲ ਜੀ ਕਿਉਂਕਿ ਮਾਤਾ ਪਿਤਾ ਹੀ ਮੇਰੇ ਦਾਦਾ ਜੀ ਮੈਨੂੰ ਦਰਬਾਰ ਸਾਹਿਬ ਤਰਨਤਨ ਸਾਹਿਬ ਖੜਦੇ ਸੀ ਤੇ ਦਾਸ ਦਾ ਜਨਮ ਹੀ ਤਰਨਤਨ ਸਾਹਿਬ ਦਾ ਹੀ ਆ ਤੇ ਉੱਥੋਂ ਵੇਖ ਕੇ ਮੈਨੂੰ ਤਸਵੀਰਾਂ ਮੈਨੂੰ ਅੰਦਰ ਮਨ ਚ ਤਾਂ ਆਂ ਗੰਦੀ ਸੀ ਕਿ ਕਿੰਡੀ ਵਧੀਆ ਚੀਜ਼ ਕੇ ਨਾ ਬਣੀ ਹੈ ਕਿੱਦਾਂ ਬਣੀ ਹੋਊਗੀ ਇਹ ਕਿੰਨੇ ਬਣਾਈ ਹੋਊਗੀ ਮੈਨੂੰ ਤੇ ਪਹਿਲਾਂ ਪਤਾ ਵੀ ਨਹੀਂ ਹੁੰਦਾ ਵੀ ਥੱਲੇ ਆਰਟਿਸਟ ਦਾ ਨਾਮ ਹੀ ਲਿਖਿਆ ਹੁੰਦਾ ਤੇ ਉਸ ਤੋਂ ਬਾਅਦ ਮੈਂ ਇੱਕ ਦੋ ਵਾਰੀ ਅੰਮ੍ਰਿਤਸਰ ਆਣ ਕੇ ਦਰਬਾਰ ਸਾਹਿਬ ਦਰਸ਼ਨ ਕੀਤੇ ਤੇ ਉਹ ਮੈਨੂੰ ਜੈਪ ਕਰ ਜਦੋਂ ਵਿਖਾਇਆ ਤੇ ਮੇਰੇ ਮਨ ਦੇ ਅੰਦਰ ਇੰਨੀ ਕਿ ਮੱਕੀ ਪ੍ਰਸ਼ੰਸਾ ਹੋਈ ਵੀ ਨਹੀਂ ਯਾਰ ਇਹ ਬਹੁਤ ਵਧੀਆ ਆਰਟਿਸਟ ਨੇ ਜਿਵੇਂ ਕਿਰਪਾਲ ਸਿੰਘ ਜੀ ਹੋਗੇ ਉਹਨਾਂ ਨੇ ਬਹੁਤ ਇਤਿਹਾਸ ਸਿੱਖ ਇਤਿਹਾਸ ਨੂੰ ਸਾਹਮਣੇ ਲਿਆਉਂਦਾ ਆਪਣੇ ਤੇ ਮੇਰੇ ਮਨ ਚ ਆ ਵੀ ਮੈਂ ਵੀ ਸਿੱਖ ਇਤਿਹਾਸ ਨੂੰ ਪ੍ਰਮੋਟ ਕਰਾਂ ਗੁਰੂ ਮਹਾਰਾਜ ਕਿਰਪਾ ਕਰਨ ਤੇ ਆਪਣਾ ਨਾਮ ਦੇਣ ਤੇ ਨਾਲ ਮੇਰੇ ਕੋਲ ਚਿੱਤਰਕਾਰੀ ਕਰਵਾਣ ਤੇ ਉਹਨਾਂ ਦੀ ਅੱਜ ਕਿਰਪਾ ਸਤਿਗੁਰ ਆਮਦਾਸੀ ਕਿਰਪਾ ਸਤਿਗੁਰ ਮੈਂ ਦਰਬਾਰ ਸਾਹਿਬ ਜਾਇਬਕਰ ਦੇ ਵਿੱਚ ਮੌਜੂਦਾ ਆਰਟਿਸਟ ਹਾਂ ਤੇ ਬਹੁਤ ਹੀ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਂ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਇਤਿਹਾਸ ਲਿਆਵਾਂਗਾ ਜੋ ਕਿ ਆਪਣੇ ਤੇ ਪਤਾ ਨਹੀਂ ਬੱਚਿਆਂ ਨੇ ਸੁਣਨੇ ਕਿ ਨਹੀਂ ਸੁਣੇ ਜੋ ਆਪਣੇ ਬਜ਼ੁਰਗਾਂ ਨੇ ਜਾਂ ਸਾਡੇ ਤੋਂ ਵੱਡਿਆਂ ਨੇ ਸੁਣੇ ਹੋਣਗੇ ਸਾਨੂੰ ਦੱਸਿਆ ਉਹ ਇਤਿਹਾਸ ਜੋ ਸੱਚ ਹੈ ਉਹਨਾਂ ਨੂੰ ਸਾਹਮਣੇ ਆਪਣੀ ਕਲਮ ਦੇ ਨਾਲ ਪੇਸ਼ ਕਰਕੇ ਸੰਗਤ ਦੇ ਰੂਬਰੂ ਕਰਾਂਗਾ ਤਾਂ ਜੋ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗੇ ਕਿ ਸਿੱਖ ਜਰਨੈਲਾਂ ਦਾ ਸਿੱਖਾਂ ਦਾ ਕੀ ਮਹੱਤਵ ਸੀ ਕਿਉਂ ਉਹਨਾਂ ਨੇ ਇਸ ਕੁਰਬਾਨੀਆਂ ਦਿੱਤੀਆਂ ਕਾਦੇ ਵਾਸਤੇ ਉਹ ਸ਼ਹੀਦ ਹੋਏ ਤੇ ਕਿਉਂ ਉਹਨਾਂ ਨੇ ਸਿੱਖੀ ਵਾਸਤੇ ਇਹ ਕਾਰਜ ਕੀਤੇ ਤੇ ਮੇਨ ਗੱਲ ਮੈਂ ਤਾਂ ਕਹਿਣਾ ਚਾਹਨਾ ਵਾਂ ਕਿਉਂਕਿ ਇੱਕ ਪੋਰਟਰੇਟ ਬਣਾਉਣ ਵਾਲੇ ਬਹੁਤ ਆਰਟਿਸਟ ਨੇ ਬਹੁਤ ਵਧੀਆ-ਵਧੀਆ ਕਲਾਕਾਰ ਨੇ ਚਿੱਤਰਕਾਰ ਨੇ ਬਹੁਤ ਵਧੀਆ ਕੰਮ ਕਰਦੇ ਨੇ ਬਟ ਮੇਰੇ ਮਾਈਂਡ ਚ ਇੱਕ ਵੱਖਰੀ ਚੀਜ਼ ਇਹ ਆਈ ਵੀ ਮਾਰੇ ਨੇ ਦਿੱਤੀ ਮੈਨੂੰ ਬਖਸ਼ਿਸ਼ ਕੀਤੀ ਵੀ ਤੂੰ ਇਮੇਜਿਨੇਸ਼ਨ ਕਰ ਸਿੱਖ ਇਤਿਹਾਸ ਨੂੰ ਪ੍ਰਮੋਟ ਕਰਨ ਦੀ ਜਿਵੇਂ ਕਿ ਆਪਾਂ ਪੋਰਟਰੇਟ ਦੇਖ ਲਓ ਕੋਈ ਵੀ ਬਣਾ ਦਿੰਨੇ ਆ ਉਤੇ ਪਾਬੰਦੀ ਵੀ ਲੱਗ ਜਾਂਦੀ ਕਿਉਂਕਿ ਅੱਜਕੱਲ ਦੇ ਲੋਕ ਕਹਿੰਦੇ ਵੀ ਗੁਰੂਆਂ ਦੀਆਂ ਫੋਟੋਆਂ ਨਹੀਂ ਬਣਾਉਣੀਆਂ ਉਹਨਾਂ ਨੂੰ ਮੱਥੇ ਟੇਕਣ ਲੱਪੈਂਦੀ ਸੰਗਤ ਸੰਗਤ ਮਨਮਤ ਵਾਲੀ ਤੁਰ ਪੈਂਦੀ ਆ ਇਸ ਕਰਕੇ ਮੈਂ ਗੁਰੂ ਮਾਰੇ ਦੇ ਪੋਰਟਰੇਟ ਨੂੰ ਘੱਟ ਐਮੀ ਤੇ ਦੇ ਕੇ ਜੋ ਮੰਗਦਾ ਉਹਨੂੰ ਬਣਾ ਕੇ ਦੇਈਦਾ ਵਾ ਅਦਰਵਾਈਜ਼ ਜੋ ਮੈਂ ਆਪਣੀ ਤਰ੍ਹਾਂ ਬਣਾਨਾ ਵਾ ਉਹ ਮੈਂ ਇਮੇਜਿਨੇਸ਼ਨ ਕਰਦਾ ਵੀ ਸਿੱਖੀ ਨੂੰ ਜੋ ਇਤਿਹਾਸ ਆ ਉਹ ਸੰਗਤ ਨੂੰ ਪਤਾ ਲੱਗ ਸਕੇ ਤੇ ਇਸ ਕਰਕੇ ਮੈਂ ਸਿੱਖ ਇਤਿਹਾਸ ਦੇ ਜੋ ਇਤਿਹਾਸ ਹੈਗੇ ਆ ਉਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂ ਗੱਲ ਤੁਸੀਂ ਫੋਟੋਆਂ ਦੀ ਕੀਤੀ ਆ ਕਿ ਲੋਕ ਮੱਥੇ ਟੇਕਣਾ ਸ਼ੁਰੂ ਕਰ ਦਿੰਦੇ ਨੇ ਬਿਲਕੁਲ ਪਿੱਛੇ ਵੀ ਆ ਜੀਪੀਸੀ ਨੇ ਇੱਕ ਮਨਾ ਕੀਤਾ ਸੀ ਮੂਰਤੀਆਂ ਤੇ ਮੂਰਤੀ ਪੂਜਾ ਲੋਕ ਸ਼ੁਰੂ ਕਰ ਦਿੰਦੇ ਆ ਸਾਡੇ ਗੁਰੂ ਸਾਹਿਬਾਂ ਦੀਆਂ ਗੁਰਵਾਲ ਦੇ ਜੀ ਹੋਗੇ ਗੁਰੂ ਗੋਬੀ ਸਿੰਘ ਜੀ ਹੋਗੇ ਜਾਂ ਕਿਸੇ ਵੀ ਗੁਰੂ ਦੇ ਲੈ ਕੇ ਉਹ ਲੋਕ ਮੂਰਤੀਆਂ ਨੂੰ ਰੱਖ ਕੇ ਉਹ ਪੂਜਾ ਸ਼ੁਰੂ ਕਰਦੇ ਮੱਥਾ ਟੇਕਣਾ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਉਹਨਾਂ ਨੇ ਬਿਲਕੁਲ ਹੀ ਜਿਹੜੀ ਇਹ ਬੰਦੀ ਕਰਤੀ ਆ ਮੂਰਤੀ ਪੂਜਨ ਲੈ ਕੇ ਉਹਦੇ ਬਾਰੇ ਤੁਸੀਂ ਕੀ ਕਹਨੇਗਾ ਦੇਖੋ ਜੀ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨੰਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਉਹਨਾਂ ਕਿਹਾ ਸੀਸ ਤੇ ਡਾਟਾ ਡਾ ਜਿਹੜਾ ਸਿਰਫ ਗੁਰੂ ਗ੍ਰੰਥ ਸਾਹਿਬ ਅਗੇ ਝੁਕਣਾ ਚਾਹੀਦਾ ਸਤਕਾਰ ਸਾਰਿਆਂ ਧਰਮਾਂ ਦਾ ਕਰਨਾ ਕਿਸੇ ਨੂੰ ਨਿੰਦਣਾ ਨਹੀਂ ਨਾ ਕਿਸੇ ਦੀ ਮੂਰਤੀ ਪੂਜਾ ਕਰਨੀ ਨਾ ਕਿਸੇ ਦੀ ਫੋਟੋ ਪੂਜਾ ਕਰਨੀ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਪਛਾਣਨਾ ਉਹਨੂੰ ਸਮਝਣਾ ਉਹਨੂੰ ਪੜ੍ਹਨਾ ਤੇ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਤੇ ਉਹਦੇ ਅਨੁਸਾਰ ਜੀਵਨ ਨੂੰ ਚਲਾ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਤੇ ਇਹੋ ਹੀ ਗੁਰੂ ਮਾਰਾ ਦਾ ਹੁਕਮ ਹੈ ਆਪਾਂ ਨੂੰ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਅਗੇ ਸੀਸ ਚੜਾਨੇ ਮੈਂ ਸਾਰੀ ਸੰਗਤ ਨੂੰ ਸਾਰੇ ਸਰੋਤਿਆਂ ਨੂੰ ਜੋ ਸੁਣ ਰਹੇ ਨੇ ਅੱਜ ਮੈਂ ਇਹੋ ਹੀ ਸੰਦੇਸ਼ ਦੇ ਰਿਹਾ ਕਿ ਆਪਾਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਉਹਨਾਂ ਅਗੇ ਸੀਸ ਝੁਕਾਣਾ ਨਾ ਕਿ ਆਪਾਂ ਫੋਟਵਾਂ ਨੂੰ ਮੂਰਤੀਆਂ ਨੂੰ ਪੂਜਣਾ ਸਿਰਫ ਫੋਟਵਾਂ ਇਤਿਹਾਸਿਕ ਤਾ ਬਣਾਈਆਂ ਜਾਂਦੀਆਂ ਤਾਂ ਜੋ ਆਪਾਂ ਨੂੰ ਸੰਗਤ ਨੂੰ ਜਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਸਿੱਖ ਇਤਿਹਾਸ ਦਾ ਪਤਾ ਲੱਗ ਸਕਦਾ ਸਾਡੇ ਜਰਨਲਾਂ ਨੇ ਕੀ ਸ਼ਹਾਦਤਾਂ ਦਿੱਤੀਆਂ ਕੀ ਕੁਰਬਾਨੀਆਂ ਦਿੱਤੀਆਂ ਆਪਣੇ ਧਰਮ ਵਾਸਤੇ ਬਿਲਕੁਲ ਜੀ ਮੈਂ ਆਪਣੀਆਂ ਜਿਹੜੀਆਂ ਸੰਗਤਾਂ ਜਿਹੜੀਆਂ ਦੇਸ਼ਾਂ ਦੇਸ਼ਾਂ ਦੇਖਦੇ ਉਹਨਾਂ ਨੂੰ ਕੋਈ ਸਨੇਹਾਕ ਕਿਤੇ ਮੈਸੇਜ ਦੇਣਾ ਚਾਹੂਗਾ ਜਿਸ ਤਰ ਗੁਰਸਾਹਿਬ ਸਿੰਘ ਇੱਕ ਸਾਧਾਰਨ ਪਰਿਵਾਰ ਚੋਂ ਉੱਠ ਕੇ ਇੱਕ ਸਿੱਖੀ ਦਾ ਜਿਹੜਾ ਬਾਣਾ ਲੈ ਕੇ ਸਾਡੇ ਸਿੱਖੀ ਨੂੰ ਪ੍ਰਮੋਟ ਕਰਦਾ ਜੀ ਇੱਕ ਜਿਹੜੀ ਗੁਰਤੀ ਮਿਲੀ ਆ ਪਰਿਵਾਰ ਚੋਂ ਕਿਉਂਕਿ ਪਰਿਵਾਰ ਚ ਜਦੋਂ ਇਹੋ ਜਿਹੀ ਗੁਰਤੀਆਂ ਮਿਲਣ ਬਹੁਤ ਵਧੀਆ ਹੁੰਦੀਆਂ ਵਾ ਉਹ ਜਿਹੜੇ ਸਾਡੇ ਸੰਗਤ ਦੇਖ ਰਹੇ ਹੋ ਉਹ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਜਿਹੜੇ ਬੱਚੇ ਆ ਉਹਨਾਂ ਨੂੰ ਬਿਲਕੁਲ ਹੀ ਸਾਡੇ ਸਿੱਖ ਇਤਿਹਾਸ ਬਾਰੇ ਨਹੀਂ ਪਤਾ ਕਿ ਉਹ ਸਿੱਖੀ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਬੱਚਿਆਂ ਨੂੰ ਗੋਦਾ ਸਾਹਿਬ ਲੈ ਕੇ ਜਾਣਾ ਚਾਹੀਦਾ ਵਾ ਕਿਉਂਕਿ ਗੁਰਸਰਨ ਸਿੰਘ ਨੂੰ ਵੀ ਬਚਪਨ ਤੋਂ ਜੋਰ ਨਾਲ ਫਰਦ ਸਾਹਿਬ ਉਹਨਾਂ ਨੂੰ ਲੈ ਕੇ ਜਾਂਦੇ ਸੀ ਗੋਦਾ ਸਾਹਿਬ ਉੱਥੇ ਜਿਹੜੀਆਂ ਮਹਾਰਾ ਦੇ ਸਰੂਪ ਬਣੇ ਹੁੰਦੇ ਸੀ ਉਹਨਾਂ ਨੂੰ ਵੇਖ ਕੇ ਮਨਕ ਤਾਂ ਗਏ ਵੀ ਮਾ ਵੀ ਹੁਣ ਜਿਹੜੇ ਸਰੂਪ ਗੁਰੂ ਸਾਹਿਬ ਦੇ ਬਣਵਾਵਾ ਤੇ ਅੱਜ ਬੜੇ ਚੰਗੇ ਆਰਟਿਸਟ ਨੇ ਬੜੇ ਚੰਗੇ ਚਿੱਤਰਕਾਰ ਨੇ ਪੰਜਾਬ ਦੇ ਨਾਲ ਨਾਲ ਪੂਰੇ ਜਿਹੜੇ ਹੈਗੇ ਨੇ ਵਰਲਡ ਚ ਉਹਨਾਂ ਨਾਲ ਆ ਤੇ ਪੰਜਾਬੀ ਨੂੰ ਖਾਸ ਕਰਕੇ ਪੰਜਾਬੀ ਦਾ ਪ੍ਰਮੋਟ ਕਰ ਰਹੇ ਨੇ ਤੇ ਬਹੁਤ ਹੀ ਖਾਸ ਕਰਕੇ ਸਿੱਖੀ ਨੂੰ ਪ੍ਰਮੋਟ ਕੀਤਾ ਉਹਨਾਂ ਨੇ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਵੀ ਸਿੱਖੋਂ ਦਾ ਮਾਣ ਆ ਪੂਰੇ ਸਿੱਖ ਨੇ ਤੇ ਬਹੁਤ ਖੁਸ਼ੀ ਦੀ ਇੱਕ ਲਹਿਰ ਹੈ ਬਹੁਤ ਖੁਸ਼ੀ ਦੀ ਗੱਲ ਹੈ ਗੱਲ ਕਰ ਰਹੇ ਆ ਇਹ ਦਸੋ ਜੀ ਹੋਰ ਤੁਹਾਡੇ ਮੰਚ ਜਿਹੜੇ ਕਿਸ ਤਰ੍ਹਾਂ ਦੇ ਮੰਚ ਜਿਹਦੇ ਵਿਚਾਰ ਸਾਦੇ ਇਹ ਆ ਜਿਹੜੇ ਗੁਰੂ ਸਾਹਿਬ ਦੀ ਫੋਟੋ ਬਣਾਉਂਦੇ ਦੇਖੋ ਜੀ ਮੇਨ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਜਿਹੜੀ ਕਲਾ ਵਾਹਿਗੁਰੂ ਦੀ ਆ ਤੇ ਪੁਰਾਣੇ ਸਮੇਂ ਤੋਂ ਜੋ ਮੈਂ ਆਪਣੇ ਪੁਰਾਣੇ ਆਰਟਿਸਟ ਫੋਰਨ ਦੇ ਜਾਂ ਇੰਡੀਆ ਦੇ ਆਰਟਿਸਟ ਜਿਹੜੇ ਨੇ ਉਹਨਾਂ ਦੀ ਜੀਵਨੀ ਪੜ੍ਹੀ ਆ ਤੇ ਮੈਨੂੰ ਉਹਨਾਂ ਦੀ ਜੀਵਨੀ ਪੜ੍ਹਨ ਤੋਂ ਬਾਅਦ ਇੱਕ ਚੀਜ਼ ਦੀ ਸਮਝ ਆਈ ਵੀ ਚਿੱਤਰਕਾਰੀ ਦੇ ਨਾਲ ਇੱਕ 뮤직 ਦਾ ਬਹੁਤ ਵੱਡਾ ਸੰਮੇਲ ਆ ਜੇ 뮤직 ਨਾਲ ਚੱਲਦਾ ਹੋਵੇ ਤੇ ਚਿੱਤਰਕਾਰੀ ਦੇ ਬੰਦਾ ਵਿੱਚ ਮਨ ਖੁੱਭ ਜਾਂਦਾ ਤੇ ਗੁਰੂ ਮਾਰ ਨੇ ਮੈਨੂੰ ਸਮਝ ਬਖਸ਼ੀ ਅੱਜ ਤੋਂ 13 ਸਾਲ ਪਹਿਲਾਂ ਤੇ ਜਦੋਂ ਵੀ ਦਾਸ ਦੇ ਹੱਥ 'ਚ ਮਾਰਾ ਇਹ ਕਲਮ ਫੜਾਂਦੇ ਆ ਚਾਹੇ ਮੈਂ ਸਿੱਖ ਇਤਿਹਾਸ ਦੀ ਕੋਈ ਤਸਵੀਰ ਬਣਾਣੀ ਹੋਵੇ ਚਾਹੇ ਕਿਸੇ ਦੀ ਪੋਰਟਰੇਟ ਬਣਾਉਣਾ ਹੋਵੇ ਚਾਹੇ ਕਿਸੇ ਦੀ ਕੋਈ ਇਮੇਜਿਨੇਸ਼ਨ ਕਰਨੀ ਹੋਵੇ ਮੇਰੇ ਅੰਦਰੋਂ ਆਪਣੇ ਆਪ ਗੁਰਬਾਣੀ ਦਾ ਸਿਮਰਨ ਚੱਲਣਾ ਸ਼ੁਰੂ ਹੋ ਜਾਂਦਾ ਜਦੋਂ ਮੇਰੇ ਅੰਦਰੋਂ ਗੁਰਬਾਣੀ ਦਾ ਸਿਮਰਨ ਟੁੱਟ ਜਾਂਦਾ ਜਾਂ ਮੇਰੇ ਲਾਗੇ ਬਾਣੀ ਚੱਲਣੀ ਬੰਦ ਹੋ ਜਾਂਦੀ ਆਟੋਮੈਟਿਕਲੀ ਮੇਰੇ ਹੱਥੋਂ ਕਲਮ ਛੁੱਟ ਜਾਂਦੀ ਆ ਇਹ ਸਾਰੀ ਕਲਾ ਵਾਹਿਗੁਰੂ ਦੀ ਆ ਮੇਰੀ ਕੋਈ ਕਲਾ ਨਹੀਂ ਆ ਇਮਾਰਾ ਜੀ ਮੈਨੂੰ ਉਦੋਂ ਬਖਸ਼ਿਆ ਵੀ ਇਸ ਚੀਜ਼ ਨੂੰ ਮੈਂ ਕਲਮ ਦੇ ਨਾਲ ਸਿੱਖੀ ਨੂੰ ਪ੍ਰਮੋਟ ਕਰਾਂ ਸਿੱਖੀ ਨੂੰ ਦੁਨੀਆ ਤੱਕ ਪਹੁੰਚਾਵਾਂ ਜੋ ਆਪਣਾ ਇਤਿਹਾਸ ਹੈਗਾ ਵਾ ਤੇ ਕਿਉਂਕਿ ਮੈਂ ਇੱਕ ਖੁਦ ਇੱਕ ਸਿੱਖ ਹਾਂ ਮਹਾਰਾਏ ਨੇ ਮੈਨੂੰ ਦਾਤ ਬਖਸ਼ੀ ਅੰਮ੍ਰਿਤ ਦੀ ਤੇ ਮੈਂ ਪਿਛਲੇ 20 ਸਾਲ ਤੋਂ ਅੰਮ੍ਰਿਤ ਦੀ ਦਾਤ ਲਈਤੀ ਹੋਈ ਆ ਤੇ ਮਹਾਰਾਏ ਦੀ ਕਿਰਪਾ ਸਦਕਾ ਅੱਜ ਤਕਰੀਬਨ ਜੋ ਮਹਾਰਾਏ ਨੇ ਹੁਕਮ ਸੀ ਉਹਦੇ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਮੈਂ ਆਪਣੀ ਸਿੱਖੀ ਜੀਵਨ ਨੂੰ ਚਲਾ ਰਿਹਾ ਆ ਤੇ ਨਾਲ ਦੇ ਨਾਲ ਸਿੱਖੀ ਨੂੰ ਪ੍ਰਮੋਟ ਕਰ ਰਹੇ ਆ ਜੀ ਹੂੰ ਕੁਛ ਸੰਸਰੀਏ ਦੱਸੋ ਭੀ ਜਿਹੜੇ ਇਥੇ ਕਲਰ ਵਰਤੇ ਜਾਂਦੇ ਜਿਹੜੇ ਰੰਗ ਵਰਤੇ ਜਾਂਦੇ ਨੇ ਇਹ ਕਿੱਥੋਂ ਇੰਡੀਆ ਤੋਂ ਹੁੰਦੇ ਜਾਂ ਕਿੱਥੋਂ ਤੁਸੀਂ ਇਹ ਵਧੀਆ ਕਰਾਦੇ ਜਾਂ ਕਿੱਥੋਂ ਮੰਗਾਉਂਦੇ ਇਹ ਬਤ ਦੱਸੋ ਵਰਨਸ਼ਕਾ ਦੇਖੋ ਜੀ ਕਲਰ ਤੇ ਮੇਨ ਹੁੰਦੀ ਆ ਆਰਟਿਸਟ ਦੇ ਹੱਥ 'ਚ ਗੱਲ ਵੀ ਆਰਟਿਸਟ ਨੇ ਕਲਮ ਨੂੰ ਕਿਸ ਤਰ੍ਹਾਂ ਚਲਾ ਕੇ ਉਹਨੂੰ ਚੀਜ਼ ਨੂੰ ਸਾਹਮਣੇ ਪੇਸ਼ ਕਰਨਾ ਕਲਰ ਕੋਈ ਮਾੜਾ ਨਹੀਂ ਸਿਰਫ ਇਹ ਆ ਵੀ ਜੇ ਆਪਾਂ ਲਾਈਫ ਦੇਖਣੀ ਆ ਬੀहां ਜੋ ਆਪਾਂ ਚੀਜ਼ ਇੰਨੀ ਮਿਹਨਤ ਦੇ ਨਾਲ ਬਣਾਈ ਆ ਇਮੇਜਿਨੇਸ਼ਨ ਕੀਤੀ ਆ ਤੇ ਜੇ ਉਹਦੀ ਲਾਈਫ ਨਾ ਹੋਈ ਤੇ ਉੱਤੇ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਤੇ ਪਹਿਲਾਂ ਮੈਂ ਵੀ ਇੰਡੀਅਨ ਆਰਟ ਸਿਸਟ ਕਲਰ ਹੁੰਦੇ ਸੀ ਕੈਮਲ ਦੇ ਆਰਟਿਸਟ ਕਲਰਸ ਆਂਦੇ ਆ ਉਹ ਵਰਤਦਾ ਰਿਆਂ ਬਾਅਦ ਮੈਂ ਹੋਲੀ ਹੋਲੀ ਸਟੱਡੀ ਕਰਨ ਦੇ ਨਾਲ ਨਾਲ ਕਲਰਾਂ ਤੇ ਸਟੱਡੀ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਇੱਕ ਕਲਰ ਉੱਬਰ ਕੇ ਸਾਹਮਣੇ ਆਏ ਜੋ ਆਪਣੇ ਪੁਰਾਣੇ ਆਰਟਿਸਟ ਸੁਭਾ ਸਿੰਘ ਨੂੰ ਨਹੀਂ ਵਰਤਦੇ ਰੇ ਜਾਂ ਆਪਣੇ ਕਿਰਪਾਲ ਸਿੰਘ ਨੂੰ ਨਹੀਂ ਜਾਂ ਆਪਣੇ ਬੋਬ ਰੋਜ਼ ਜਿਹੜੇ ਫੋਰਨ ਦੇ ਆਰਟਿਸਟ ਸੇ ਨੇ ਉਹ ਆਪਣੇ ਵਿੰਸਰਨ ਨਿਊਟਨ ਦੇ ਕਲਰ ਨੇ ਕੰਪਨੀ ਦੇ ਜੋ ਕਿ ਲੰਡਨ ਦੀ ਕੰਪਨੀ ਆ ਤੋਂ ਇੰਗਲੈਂਡ ਦੇ ਵਿੱਚ ਮਿਲਦੇ ਆ ਪਹਿਲਾਂ ਤਾਂ ਮੈਨੂੰ ਆਨਲਾਈਨ ਮਿਲ ਜਾਂਦੇ ਸੀ ਹੁਣ ਮੈਨੂੰ ਉੱਥੋਂ ਮੰਗਵਾਣੇ ਪੈਂਦੇ ਆ ਸਪੈਸ਼ਲ ਬਟ ਮੇਰੀ ਕੋਸ਼ਿਸ਼ ਇਹੋ ਹੀ ਹੁੰਦੀ ਆ ਵੀ ਸੋਚੋ 99% ਮੈਂ ਕਿਸੇਨ ਕਸਟਮਰ ਨੂੰ ਜਾਂ ਆਪਣੇ ਆ ਵੀ ਤਸਵੀਰ ਬਣਾਣੀ ਆ ਤੇ ਮੈਂ ਵਿੰਸਰਨ ਨਿਊਟਨ ਦੇ ਕਲਰ ਦੇ ਨਾਲ ਹੀ ਬਣਾਵਾ ਤਾਂ ਜੋ ਉਹਦੀ ਲਾਈਫ ਬਹੁਤ ਜ਼ਿਆਦਾ ਹੋਵੇ ਤੇ ਆਉਣ ਵਾਲੇ ਸਮੇਂ ਤੱਕ ਉਹ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਸਜੋਬਿਤ ਰਹਿ ਸਕੇ ਹਾਂ ਗੁਰਸੇਨ ਜੀ ਦਾ ਆਸਟ ਸਵਾਲ ਅਟਾ ਕੀ ਸੰਗਤਾਂ ਸਾਡੀ ਦੇ ਤੁਹਾਨੂੰ ਦੇਸ਼ਾਂ ਆਪਦੇਸ਼ਾਂ ਦਿਖ ਰਹੀ ਹੈ ਕੀ ਉਹਨਾਂ ਨੂੰ ਸਨੇਹਾ ਕੀ ਮੈਸੇਜ ਕੀ ਦੇਣਾ ਚਾਹੋਗੇ ਆਪਣੇ ਵੱਲੋਂ ਕਿ ਜੇਕਰ ਕਿਸੇ ਨੇ ਤੁਹਾਡੇ ਕੋਲ ਗੁਰੂ ਸਾਹਿਬ ਦੀ ਜਾਂ ਕਿਸੇ ਦੀ ਬਣਾਉਣੀ ਹੋਵੇ ਪੇਂਟਿੰਗ ਜਾਂ ਚਿੱਤਰਕਲਾ ਤੇ ਉਹਨਾਂ ਨੂੰ ਕਿਸ ਤਰ੍ਹਾਂ ਤੁਹਾਡਾ ਕੰਟੈਕਟ ਹੋ ਸਕਦਾ ਥੋੜਾ ਦੱਸੋਗੇ ਆਪਣੇ ਵੱਲੋਂ ਜੀ ਬਿਲਕੁਲ ਜੀ ਮੈਨੂੰ ਜੋ ਵੀ ਕਿਰਪਾ ਸਤਕਾ ਗੁਰੂ ਮਹਾਰਾਜ ਦੀ ਦੀ ਜੋ ਕਲਾ ਮੇਰੇ ਅੰਦਰ ਹੈ ਜਾਂ ਮਾਰੇ ਨੇ ਮੈਨੂੰ ਦਿੱਤੀ ਹੈ ਕਲਾ ਤੇ ਪਹਿਲਾਂ ਤੇ ਮੈਂ ਸਾਰੇ ਸੰਗਤ ਨੂੰ ਇਹ ਸੰਦੇਸ਼ ਦਵਾਂਗਾ ਕਿ ਆਪਣੇ ਬੱਚਿਆਂ ਨੂੰ ਸਿੱਖੀ ਜੀਵਨ ਵਾਲਾ ਜੀਵਨ ਦੇਣ ਦੀ ਕੋਸ਼ਿਸ਼ ਕਰੋ ਤਾਂ ਜੋ ਆਪਾਂ ਇੱਕ ਸਹੀ ਰਸਤੇ ਤੇ ਮਾਰਗ ਤੇ ਚੱਲ ਸਕੀਏ ਕਿਉਂਕਿ ਅੱਜ ਬਹੁਤ ਲੋਕ ਗੁਰਾਇ ਵਿੱਚ ਪੈ ਚੁੱਕੇ ਨੇ ਜੋ ਸਿੱਖੀ ਦੇ ਵਿੱਚ ਸਿੱਖ ਧਰਮ ਦੇ ਵਿੱਚ ਹੋਣ ਦੇ ਬਾਵਜੂਦ ਵੀ ਸਿੱਖੀ ਤੋਂ ਬਾਹਰ ਜਾ ਰਹੇ ਨੇ ਗੁਰਾਇਤਾਂ ਕਰ ਰਹੇ ਨੇ ਤੇ ਮੈਂ ਚਾਹਾਂਗਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਾਣੀ ਜਪਵਾਓ ਬਾਣੀ ਪੜਾਓ ਉਹ ਸਿੱਖ ਇਤਿਹਾਸ ਪੜਾਓ ਸਿੱਖ ਇਤਿਹਾਸ ਨਾਲ ਜੋੜੋ ਉਹਨਾਂ ਬਾਰੇ ਦੱਸੋ ਤਾਂ ਜੋ ਆਪ ਜੀ ਦੇ ਬੱਚੇ ਵੀ ਇਸ ਨਿਮਾਰਗ ਤੇ ਚੱਲ ਸਕਣ ਸਹੀ ਮਾਰਗ ਤੇ ਕਿਸੇ ਝੂਠ ਦੇ ਨਾਲ ਨਾ ਚੱਲਣ ਕਿਸੇ ਦੀ ਨਿੰਦਿਆ ਨਾ ਕਰਨ ਬਸ ਮੈਨੂੰ ਇਹੋ ਹੀ ਆ ਤੇ ਇਹੋ ਹੀ ਕਿਰਪਾ ਮਾਰੇ ਨੇ ਮੇਰ ਕੋ ਕਰਾਈ ਆ ਵੀ ਮੈਨੂੰ ਉਦਮ ਬਖਸ਼ਿਆ ਵੀ ਮੈਂ ਸਿੱਖੀ ਨੂੰ ਪ੍ਰਮੋਟ ਕਰ ਰਿਹਾ ਹਾਂ ਆਪਣੀ ਕਲਾ ਦੇ ਅਨੁਸਾਰ ਤੇ ਬਾਕੀ ਆਪ ਜੀ ਨੇ ਬਹੁਤ ਮੈਨੂੰ ਮਾਣ ਬਖਸ਼ਿਆ ਤੇ ਚੈਨਲ ਤੇ ਆਣ ਦਾ ਤੇ ਮੈਂ ਅੱਜ ਸੰਗਤਾਂ ਨੂੰ ਕਹਿ ਰਿਹਾ ਹਾਂ ਵੀ ਜੇ ਕਿਸੇ ਨੇ ਕੋਈ ਆਪਣੀ ਪ੍ਰੋਫੈਸ਼ਨਲ ਤਸਵੀਰ ਬਣਾਨੀ ਆ ਜਾਂ ਕਿਸੇ ਨੇ ਸਿੱਖ ਇਤਿਹਾਸ ਨਾਲ ਰਿਲੇਟਡ ਕੋਈ ਤਸਵੀਰ ਬਣਵਾਣੀ ਆ ਜਾਂ ਕੋਈ ਇਮੇਜਿਨੇਸ਼ਨ ਕਰਵਾਨੀ ਹੈ ਮੇਕੋ ਜਰੂਰੀ ਨਹੀਂ ਸਿੱਖ ਇਤਿਹਾਸ ਕਿਸੇ ਵੀ ਇਤਿਹਾਸ ਨੂੰ ਮਿਲੇ ਕੋਈ ਵੀ ਧਰਮਾੜਾ ਨਹੀਂ ਕਿਸੇ ਆਪਣੇ ਇਤਿਹਾਸ ਨੂੰ ਆਪਣੇ ਧਰਮ ਲਈ ਤਿਸ ਕੋਈ ਤਸਵੀਰ ਇਮੇਜਿਨੇਸ਼ਨ ਕਰਾਨੀ ਮੇਕੋ ਕਰਵਾ ਸਕਦਾ ਮੇਰਾ ਮੋਬਾਈਲ ਨੰਬਰ ਤੁਸੀਂ ਲਿਖ ਸਕਦੇ ਜੀ 9988498628 ਮੈਂ ਫੇਰ ਰਿਪੀਟ ਕਰ ਰਿਹਾ ਜੀ ਮੇਰਾ ਮੋਬਾਈਲ ਨੰਬਰ ਹੈ 9988498628 ਤੇ ਬਹੁਤ ਹੀ ਧੰਵਾਦ ਪੰਜਾਬੀ ਲੋਕ ਚੈਨਲ ਦਾ ਜਿਨ੍ਹਾਂ ਨੇ ਮੈਨੂੰ ਅੱਜ ਸੰਗਤਾਂ ਦੇ ਰੂਹਬਰੂ ਕਰਾਇਆ ਤੇ ਮੈਂ ਬਹੁਤ ਹੀ ਅਤੇ ਧੰਨਵਾਦੀ ਹਾਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਤਰਵੰਦ ਗੁਰਸ ਸਿੰਘ ਜੀ ਏਸੀ ਸਾਡੇ ਨਾਲ ਗੱਲਬਾਤ ਕੀਤੀ ਗੁਰਸ ਸਿੰਘ ਜਿਹੜੇ ਇੱਕ ਇੱਕ ਆਰਟਿਸਟ ਹੈਗੇ ਨੇ ਜਿਹੜੇ ਖੇਤਰਕਾਰਾਂ ਨੇ ਅਤੇ ਸਤੋਂ ਦੀ ਗੱਲ ਹੈ ਕਿ ਪੂਰੇ ਸਿੱਖ ਨੇ ਅਤੇ ਗੁਰਸਿੱਖ ਹੋਣ ਦੇ ਨਾਲ ਸਾਡੀ ਜਿਹੜੀ ਸਿੱਖੀ ਨੂੰ ਪ੍ਰਮੋਟ ਕਰ ਰਹੇ ਨੇ ਸਾਡੇ ਗੁਰੂ ਸਾਹਿਬਾ ਦੇ ਜਿਹੜੇ ਵਧੀਆ ਜਿਹੜੇ ਸਰੂਪ ਨੇ ਉਹਨਾਂ ਨੂੰ ਬਣਾ ਕੇ ਜਿਹੜੇ ਵਕ ਵਕ ਜਿਹੜੇ ਦੇਸ਼ਾਂ 'ਚ ਜਿਹੜੇ ਅਜਾਇਬ ਘਰਾਂ ਦੇ ਸਰੂਪ ਵੀ ਕੀਤੇ ਗਏ ਅਤੇ ਸਾਡੀ ਸਿੱਖੀ ਨੂੰ ਕਾਫੀ ਪ੍ਰਮੋਟ ਕਰ ਰਹੇ ਨੇ ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨ ਲਈ ਹਰੀਕ ਰਿਵਾਲ ਦੀ ਖਾਸ ਰਿਪੋਰਟ